ਕਰਕੇ ਆਏ ਨੇ ਸੱਜਾਂ ਤੇ ਬੇਲੀਆਂ ਵਾਸਤੇ ਕਿ ਬੰਦਾ ਕੌਣ ਕਿਸੇ ਨੂੰ ਕੀ ਦੇ ਸਕਦਾ ਹੈ। ਤਵੱਜੋ ਕਰਨਾ ਕਿ ਬੰਦਾ ਕੌਣ ਕਿਸੇ ਨੂੰ ਕੀ ਦੇ ਸਕਦਾ ਹੈ। ਇੱਕ ਸਿਰਫ ਦੁਆ ਕਰ ਸਕਦਾ ਹੈ, ਹੋਵੇ ਸੱਜਣ ਤਾਂ ਸੱਜਣ ਦੇ ਰੂਪ ਅੰਦਰ ਸਾਰੀ ਉਮਰ ਵਫਾ ਕਰ ਸਕਦਾ ਹੈ। ਜੇ ਮੰਗਣਾ ਹੀ ਤਾਂ ਰੱਬ ਤੋਂ ਮੰਗ, ਹਾਂ ਹਾਂ ਜੇ ਮੰਗਣਾ ਹੀ ਤਾਂ ਰੱਬ ਤੋਂ ਮੰਗ, ਜਿਹੜਾ ਅਸਲ ਅਤਾ ਕਰ ਸਕਦਾ ਹੈ। ਔਰ ਜਿਹੜਾ ਖੂਹ ਵਿੱਚੋਂ ਕੱਢ ਕੇ ਯੂਸਫ ਨੂੰ ਔਰ ਸਾਰੇ ਮਿਸਰ ਦਾ ਸ਼ਾਹ ਕਰ ਸਕਦਾ ਹੈ, ਜਿਹੜਾ ਖੂਹ ਵਿੱਚੋਂ ਕੱਢ ਕੇ ਯੂਸਫ ਨੂੰ ਸਾਰੇ ਮਿਸਰ ਦਾ ਸ਼ਾਹ ਕਰ ਸਕਦਾ ਹੈ। ਕਿਉਂਕਿ ਸਾਰੇ ਯਾਰ ਨਬੀ ਦੇ ਪਿਆਰੇ ਨੇ, ਬਜ਼ੁਰਗਾਂ ਦੇ ਕੋਲ ਹਾਜ਼ਰੀ ਹੋ ਰਹੀ ਹੈ, ਦੁਆ ਲਵਣੀ ਹੈ ਕਿ ਸਾਰੇ ਯਾਰ ਨਬੀ ਦੇ ਪਿਆਰੇ ਨੇ, ਪਰ ਇਸਮੇ ਅਲੀ ਤੂੰ ਨਾ ਸੜਿਆ ਕਰ, ਇਹ ਦਿਲ ਦੀ ਮੁੰਦਰੀ ਦੇ ਵਿੱਚ ਯਾਰਾ ਨੱਕ ਇਸ਼ਕ ਅਲੀ ਦਾ ਜੜਿਆ ਕਰ, ਕਿ ਜਿਵੇਂ ਦੁੱਧ ਕੱਢ ਕੇ ਮਲਾਈ ਬਣਦਾ ਇਵੇਂ ਇਸ਼ਕ ਅਲੀ ਵਿੱਚ ਕੜਿਆ ਕਰ। ਜੇ ਚਾਨਾ ਹਯਾਤ ਤਾਂ ਚੰਨਾ ਦੇ ਬਾਗ ਮਿਲਣ, ਦਰੂਦ ਆਲੇ ਮੁਹੰਮਦ ਤੇ ਪੜਿਆ ਕਰ। ਇੱਕ ਵਾਰੀ ਬੁਲੰਦ ਆਵਾਜ਼ ਨਾਲ ਪੜੋ, ਅਸਲਾਤੁ ਵਸਲਾਮੁ ਅਲੈਕਾ ਯਾ ਸੈਯਦੀ ਯਾ ਰਸੂਲ ਅੱਲਾਹ ਵਾਲਾ ਅਲਿਕਾ ਵਾ ਸਹਾਬੀਕਾ ਯਾ ਸੈਯਦੀ ਯਾ ਹਬੀਬ ਅੱਲਾਹ। ਆਵਾਜ਼ ਨਹੀਂ ਆਈ, ਬੁਲੰਦ ਆਵਾਜ਼ ਨਾਲ ਪੜੋ, ਅਸਲਾਤੁ ਵਸਲਾਮੁ ਅਲੈਕਾ ਯਾ ਸੈਯਦੀ ਯਾ ਰਸੂਲ ਅੱਲਾਹ ਵਾਲਾ ਅਲਿਕਾ ਵਾ ਸਹਾਬੀਕਾ ਯਾ ਸੈਯਦੀ ਯਾ ਹਬੀਬ ਅੱਲਾਹ। ਪੀਰ ਸਾਹਿਬ ਖਾਜਾ ਗੁਲਾਮ ਫਰੀਦ ਦਾ ਜ਼ਿਕਰ ਕਰ ਰਿਹਾ ਹੈ ਕਿ ਮੈਂ ਵੇਖਾਂ ਸੋਨਾ ਵੇਖੇ ਨਾਹੀ, ਹਾਂ ਹਾਂ ਮੈਂ ਵੇਖਾਂ ਸੋਨਾ ਵੇਖੇ ਨਾਹੀ, ਜੇ ਮੈਂ ਨਾ ਵੇਖਾਂ ਤੇ ਉਹ ਵੇਖੇ, ਐਡੀ ਕਿਸਮਤ ਮੈਂ ਕਿੱਥੋਂ ਲਿਆਵਾਂ, ਮੇਰੇ ਵੇਖਣ ਤੇ ਵਿੱਚ ਵੇਖੇ, ਯਾਰ ਤਾਂ ਤੇਰੇ ਅੰਦਰ ਵਸਦਾ ਤੈਨੂੰ ਐਵੇਂ ਪੈਣ ਬੁਲੇਖੇ। ਖਾਜਾ ਗੁਲਾਮ ਫਰੀਦਾ ਕੂਵੇ ਯਾਰ ਦੇ ਮਰੀਏ ਚਾਹੇ ਵੇਖੇ ਯਾ ਨਾ ਵੇਖੇ, ਖਾਜਾ ਗੁਲਾਮ ਫਰੀਦਾ ਕੂਵੇ ਯਾਰ ਦੇ ਮਰੀਏ ਚਾਹੇ ਵੇਖੇ ਯਾ ਨਾ ਵੇਖੇ। ਦੋ ਤੋਂ ਤਿੰਨ ਮਿੰਟ ਦੀ ਹਾਜ਼ਰੀ, ਮੁਹੰਮਦ ਅਲੀ ਸਫਰੀ ਸਾਹਿਬ ਜਿਸ ਤਰ੍ਹਾਂ ਹੁਕਮ ਹੋਇਆ ਉਸ ਤੋਂ ਬਾਅਦ ਇਨਸ਼ਾਅੱਲਾ ਸਫਰੀ ਇੱਕ ਸ਼ੇਰ ਪੜ੍ਹਨਾ।